ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਸਾਰਿਆਂ ਦਾ, ਸਾਰੇ ਜਾਣਿਆਂ ਦਾ? ਸਿਰਫ ਇੱਕ ਵਾਰੀ ਸਾਰੇ ਜਾਣਿਆਂ ਨੂੰ ਥੈਂਕ ਯੂ ਕਹਿਣ ਲਈ ਲਾਈਵ ਹੋਇਆ ਸੀਗਾ ਜੀ, ਕਿ ਇੰਨਾ ਜ਼ਿਆਦਾ ਪਿਆਰ ਦੇ ਰਹੇ ਤੁਸੀਂ ਮੁੱਲ ਪੁੱਤ ਦਾ ਗਾਣੇ ਨੂੰ, ਰੋਸ਼ਨ ਵੀਰੇ ਦਾ ਨਵਾਂ ਗਾਣਾ ਜੋ ਕੱਲ੍ਹ ਸੀ, ਕੱਲ੍ਹ ਰਿਲੀਜ਼ ਹੋਇਆ ਸੀ ਜੀ। ਆਈ ਬਲੀਵ ਉਹਦੇ ਓਵਰ 500,000 ਵਿਊਜ਼ ਹੋ ਗਏ ਇੱਕ ਦਿਨ ਦੇ ਵਿੱਚ। ਸੋ ਜਿਹੜੇ ਵੀ ਸੱਜਣਾ ਮਿੱਤਰਾਂ ਨੇ ਗਾਣਾ ਸ਼ੇਅਰ ਕੀਤਾ, ਇੰਨੇ ਵਧੀਆ ਕਮੈਂਟਸ ਕੀਤੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ। ਅਤੇ ਮੈਂ ਕੱਲ੍ਹ ਵੀ ਆਪਣੇ ਸਨੈਪਚੈਟ 'ਤੇ ਗੱਲ ਕਹਿ ਰਿਹਾ ਸੀ ਕਿ ਤੁਸੀਂ ਹਰ ਇੱਕ ਜੋਨਰ ਦੇ ਗਾਣੇ ਨੂੰ ਬਹੁਤ ਪਿਆਰ ਦਿੰਦੇ ਹੋ, ਭਾਵੇਂ ਬੀਟ ਗਾਣਾ ਹੋਵੇ, ਭਾਵੇਂ ਭੰਗੜੇ ਵਾਲਾ ਹੋਵੇ, ਭਾਵੇਂ ਰੋਮੈਂਟਿਕ ਹੋਵੇ। ਇੱਕ ਡਿਫਰੈਂਟ ਜਿਹੇ ਸ਼ੇਡ ਦਾ ਗਾਣਾ ਸੀਗਾ ਜੀ, ਅਤੇ ਗਾਣੇ ਕਰਨ ਦੇ ਆਹ ਗਾਣਾ ਕਰਨ ਪਿੱਛੇ ਮੇਰਾ ਪਰਸਨਲੀ ਬਹੁਤ ਇੰਟਰਸਟ ਸੀਗਾ, ਮੈਨੂੰ ਬਹੁਤ ਵਧੀਆ ਲੱਗਦਾ ਸੀ ਗਾਣਾ, ਕਾਬਲ ਬਾਈ ਦਾ ਲਿਖਿਆ ਹੋਇਆ ਦੇਸੀ ਕਰੂ ਦੇ ਮਿਊਜ਼ਿਕ ਦੇ ਵਿੱਚ ਮੁੱਲ ਪੁੱਤ ਆ, ਮੈਨੂੰ ਲੱਗਦਾ ਗਾਣਾ ਮੈਂ ਚਾਹੁੰਦਾ ਸੀ ਕਿ ਗਾਣਾ ਕਰਾਂ। ਕੀ ਹਾਲ ਅੰਦਰ ਇੰਦਰ, ਲਾਈਵ ਹੋ ਗਿਆ ਇੰਦਰ ਨੂੰ ਤਾਂ ਮੁੱਲ ਪੁੱਤ ਦਾ ਬਹੁਤ ਵਧੀਆ ਲੱਗਿਆ ਹੋਊਗਾ, ਇੰਦਰ ਦੇ ਹੁਣੇ ਹੁਣੇ ਮੁੰਡਾ ਹੋਇਆ ਥੋੜ੍ਹੀ ਦੇਰ ਪਹਿਲਾਂ, ਸਾਲ ਹੋ ਗਿਆ ਹੁਣ ਤਾਂ, ਉਹ ਤਾਂ ਮੈਂ ਲਾਂਤੀ ਆ, ਮਿਲਿਆ ਨਹੀਂ ਹੈਗਾ ਤੈਨੂੰ। ਕੀ ਹਾਲ ਇੰਦਰ, ਜੱਸੀ ਚਹਿਲ ਭਰਾ ਲਾਈਵ ਹੋ ਗਿਆ। ਅਤੇ ਜਿਹੜੇ ਵੀ ਸੱਜਣਾ ਮਿੱਤਰਾਂ ਨੇ ਗਾਣਾ ਸ਼ੇਅਰ ਕੀਤਾ, ਐਡੇ ਪਿਆਰੇ ਕਮੈਂਟ ਕੀਤੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਰਿਕੁਐਸਟ ਹੈ ਜੀ, ਗਾਣੇ ਨੂੰ ਪਲੀਜ਼ ਐਵੇਂ ਸ਼ੇਅਰ ਕਰਦੇ ਰਹੋ, ਹਾਲੇ ਤਾਂ ਇੱਕ ਦਿਨ ਹੋਇਆ। ਸੋ ਪਲੀਜ਼ ਆਪਣੇ ਫੈਮਿਲੀ ਤੱਕ, ਆਪਣੇ ਪਰਿਵਾਰ ਤੱਕ, ਆਪਣੇ ਦੋਸਤਾਂ ਨਾਲ ਗਾਣਾ ਸ਼ੇਅਰ ਜ਼ਰੂਰ ਕਰਿਓ, ਅਤੇ ਉਹਨਾਂ ਨੂੰ ਗਾਣਾ ਜ਼ਰੂਰ ਸੁਣਾਇਓ, ਉਹਨਾਂ ਨੂੰ ਪੁੱਛਿਓ ਉਹਨਾਂ ਨੂੰ ਗਾਣਾ ਕਿਵੇਂ ਲੱਗਿਆ। ਅਤੇ ਮੈਂ ਚਾਹੁੰਦਾ ਸੀ, ਮੈਂ ਇਹ ਗਾਣਾ ਆਪਦੇ ਮਦਰ ਨੂੰ ਡੈਡੀਕੇਟ ਕਰਨਾ ਚਾਹੁੰਦਾ ਸੀਗਾ, ਅਤੇ ਬਾਹਰ ਹੋਣ ਕਰਕੇ 2 ਦਿਨ ਗੱਲ ਨਹੀਂ ਹੋਈ ਮੰਮੀ ਨਾਲ, ਅਤੇ ਮੈਂ ਹਾਲੇ ਵੇਟ ਕਰ ਰਿਹਾ ਮੰਮੀ ਕੀ ਕਹਿੰਦੇ ਨੇ, ਮੇਰੀ ਆਪ ਘਰ ਗੱਲ ਨਹੀਂ ਹੋਈ ਹੈਗੀ। ਅਤੇ ਸੋ ਉਮੀਦ ਕਰਦਾ ਤੁਸੀਂ ਸਾਰੇ ਗਾਣੇ ਨੂੰ ਐਵੇਂ ਸ਼ੇਅਰ ਕਰਦੇ ਰਹੋਗੇ ਜੀ, ਐਵੇਂ ਪਿਆਰ ਦਿੰਦੇ ਰਹੋਗੇ। ਪਲੀਜ਼ ਇੱਕ ਵਾਰੀ ਫਿਰ ਤੋਂ ਅੱਜ ਗਾਣਾ ਸ਼ੇਅਰ ਕਰ ਦਿਓ, ਅਤੇ ਯੂਟਿਊਬ ਨੀਚੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਗਾਣਾ ਕਿਵੇਂ ਲੱਗਿਆ, ਜਿਵੇਂ ਤੁਸੀਂ ਮੇਰੇ ਇਸ ਲਾਈਵ ਥੱਲੇ ਕਮੈਂਟ ਕਰ ਰਹੇ ਹੋ ਨਾ। ਅਤੇ ਸੋਰੀ ਯਾਰ, ਮੈਂ ਬਹੁਤ ਲੋਕਾਂ ਦਾ ਨਾਮ ਨਹੀਂ ਲੈ ਪਾਉਂਦਾ, ਉਹਦੇ ਲਈ ਮੈਂ ਬਹੁਤ ਸ਼ਰਮਿੰਦਾ, ਆਮ ਵੈਰੀ ਸੋਰੀ। ਲਾਰਾ ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ, ਮੀਨਲ ਵਾਈ ਬੀ, ਜੱਸੀ ਵੀਰੇ, ਟੇਕ ਕੇਅਰ, ਜਿਉਂਦਾ ਰਹਿ। ਰਮਿੰਦਰ ਕੌਰ ਜੀ, ਆਮ ਸੋਰੀ ਮੈਂ ਜਿਵੇਂ ਤੁਹਾਡਾ ਨਾਂ ਨਹੀਂ ਲੈ ਪਾਉਂਦਾ, ਪਰ ਯੂਟਿਊਬ ਦੇ ਨੀਚੇ ਜਿਹੜੇ ਹੁਣ ਇਹ ਲਾਈਵ ਤਾਂ ਜਿਵੇਂ ਫੋਰ ਇੰਸਟੈਂਸ ਬੰਦ ਹੋ ਜੂਗਾ, ਹੈ ਨਾ, ਆਪਾਂ ਹੋਰ ਫੋਟੋਆਂ ਹੋਰ ਲਾਈਵ ਪਾ ਦਾਂਗੇ, ਪਰ ਤੁਸੀਂ ਇੱਕ ਵਾਰੀ ਯੂਟਿਊਬ ਦੇ ਨੀਚੇ ਕਮੈਂਟ ਜ਼ਰੂਰ ਕਰਿਓ, ਉਹ ਕਮੈਂਟਸ ਉੱਥੇ ਹਮੇਸ਼ਾ ਰਹਿੰਦੇ ਨੇ। ਸੋ ਸਾਨੂੰ ਪਤਾ ਲੱਗੂਗਾ ਕਿ ਤੁਹਾਨੂੰ ਗਾਣਾ ਕਿਵੇਂ ਲੱਗਿਆ। ਅਤੇ ਮੈਂ ਆਪ ਚਾਹੁੰਦਾ ਸੀਗਾ ਇੱਕ ਡਿਫਰੈਂਟ ਜੋਨਰ ਦਾ ਗਾਣਾ ਕਰਨਾ, ਜੋਨਰ ਉਹੋ ਜਿਹਾ ਹੀ ਆ, ਬਟ ਗੱਲ ਥੋੜ੍ਹੀ ਜਿਹੀ ਡਿਫਰੈਂਟ ਹੈ। ਕਾਬਲ ਨੇ ਬੜੀ ਕਮਾਲ ਦੀ ਲਿਖੀ ਹੈ, ਜੱਸੀ ਅੰਗਦ ਮੰਡ ਵੀਰਾ, ਅਤੇ ਸੌਂਗ ਮੋਹਿਤ ਯਾਦਵ, ਅਤੇ ਬਲਜੋਤ, ਜੈਸਿਕਾ ਜੱਸੂ, ਅਤੇ ਵੇਦਪਾਲ ਵੀ ਲਾਈਵ ਆ। ਉਹ ਵੇਦਪਾਲ ਤੂੰ ਐਡੀਟਿੰਗ ਕਾਹਤੋਂ ਨਹੀਂ ਕਰਾ ਰਿਹਾ ਓਏ? ਅਤੇ ਸਾਡਾ ਨਵਾਂ ਬੰਦਾ ਜੀ ਅੰਗਦ ਵੀਰ ਸਿੰਘ ਵੜਾਇਆ 'ਚ, ਕੀ ਹਾਲ ਅੰਗਦ? ਅਤੇ ਇੰਦਰ ਖੈਰਾ ਕਹਿੰਦਾ ਗੁੱਡ, ਵੈਰੀ ਨਾਈਸ, ਪ੍ਰਾਊਡ ਆਫ ਯੂ, ਥੈਂਕ ਯੂ ਬੰਦੇ, ਪ੍ਰਾਊਡ ਆਫ ਯੂ ਟੂ, ਡੈਡੀ ਬਣ ਗਿਆ ਤੂੰ। ਅਤੇ ਇੰਦਰ ਸਾਡਾ ਭਰਾ ਜੀ ਉੱਥੇ ਆਸਟ੍ਰੇਲੀਅਨ ਪੁਲਿਸ 'ਚ ਕੰਮ ਕਰਦਾ, ਪੂਰਾ ਚੋਬਰ ਚੋਟੀ ਦਾ, ਮੇਰਾ ਬੜਾ ਪਿਆਰਾ ਦੋਸਤ ਇੰਦਰ। ਜੱਸੀ ਚਹਿਲ ਵੀ ਕੱਲ੍ਹ ਫਿਰਦਾ ਸੀ ਭਰਜਾਈ ਨਾਲ ਡੀ ਵਾਈ ਬੀਚ 'ਤੇ ਸਿਡਨੀ, ਤੇਰੀ ਦੇਖ ਲਈ ਮੈਂ ਵੀਡੀਓ। ਅਤੇ ਬਾਕੀ ਜਿੰਨੇ ਵੀ ਸੱਜਣ ਮਿੱਤਰ ਲਾਈਵ ਨੇ, ਸਾਰਿਆਂ ਨੂੰ ਬਹੁਤ ਸਾਰਾ ਪਿਆਰ। ਅਤੇ ਛੋਟਾ ਬਰਾੜ ਵੀ ਆਪਣਾ ਹੋ ਗਿਆ ਲਾਈਵ, ਹੋ ਗਿਆ ਬਰਾੜ ਵੀ, ਹੋ ਗਿਆ ਲਾਈਵ। ਅਤੇ ਕਿੱਦਾਂ ਡਾਰਲਿੰਗ? ਅਤੇ ਅੱਜ ਕਮੈਂਟ ਹੀ ਪੜ੍ਹਦੇ ਹਾਂ। ਬਲਜੋਤ ਕਹਿੰਦਾ ਕਿੱਦਾਂ ਭਾਅ ਜੀ, ਵਧੀਆ ਬਾਈ ਜੀ। ਟਿਲੋਮਨ ਕਹਿੰਦਾ ਹੈਲੋ, ਹੈਲੋ ਟਿਲੋਮਨ। ਦਵਿੰਦਰ ਕਹਿੰਦਾ ਮੁੱਲ ਪੁੱਤਾ ਇਜ਼ ਐਨ ਇਮੇਜ ਆਫ ਇੰਡੀਅਨ ਬੋਇਸ, ਥੈਂਕ ਯੂ ਜੀ, ਵਧੀਆ ਵੀਰੇ ਤੁਸੀਂ ਦੱਸੋ। ਅੰਗਦ ਕਹਿੰਦਾ ਵਾਹ ਕੈਂਟ, ਬਰਾੜ ਕਰੀ ਫਿਰ ਡਾਰਲਿੰਗ। ਅਤੇ ਲਵਾਨਿਆ ਬੰਗਲ, ਤੁਹਾਡੇ ਸੌਂਗ ਮੈਂ ਆ ਗਈ ਵੀਡੀਓ ਕਦ, ਤੁਹਾਡਾ ਅੱਛਾ ਮੈਂ ਆ ਗਿਆ ਦੀ ਵੀਡੀਓ ਆਊਗੀ ਜੀ ਬਹੁਤ ਛੇਤੀ, ਇਹ ਗੱਲ ਪੱਕੀ ਆ ਸੱਚੀ। ਹੁਣ ਇਹ ਗਾਣਾ ਦਾ ਡਿਸੀਜਨ ਲੈ ਲਿਆ, ਕੰਮ ਨਹੀਂ ਕਰਨਾ। ਝੋਟਾ ਕਹਿੰਦਾ ਕੰਮ ਨਹੀਂ ਕਰਨਾ, ਉਹ ਬਰਾੜਾ ਕਰ ਲਾ ਕੰਮ। ਅਤੇ ਮਨਜਿੰਦਰ ਭਾਅ ਜੀ ਵੀ ਲਾਈਵ ਹੋ ਗਏ, ਮਨਜਿੰਦਰ ਭਾਅ ਜੀ ਕੀ ਹਾਲ ਹੈ ਤੁਸੀਂ? ਮੈਨੂੰ ਲੱਗਦਾ ਅੱਜ ਕੱਲ੍ਹ ਬਠਿੰਡੇ ਹੁੰਦੇ ਹੋ। ਅਤੇ ਟਿੱਲੋ ਅਮਨ, ਸ਼ੈਲੀ ਗੌਰ ਜੀ, ਅਰੇ ਪਰਸਨਲ ਟੋਕ ਕਰਨੇ ਕੇ ਲਈ ਤੋਂ ਕੌਲ, ਅਤੇ ਕੀ ਨਾ ਸ਼ੈਲੀ ਗੌਰ ਜੀ ਕਹਿੰਦੇ ਜੇ ਪਰਸਨਲ ਟੋਕ ਕਰਨੀ ਹੈ ਫਿਰ ਕੌਲ ਕਰ ਲਓ, ਓਕੇ। ਅਤੇ ਬਰਾੜ ਤੈਨੂੰ ਲਾਉਣਾ ਫੋਨ ਮੈਂ। ਅਤੇ ਮੋਹਿਤ ਯਾਦਵ ਕਹਿੰਦਾ ਬਾਈ ਲਵ ਯੂ, ਬਹੁਤ ਕੁਛ ਖੁਸ਼ ਹੂੰ ਮੈਂ, ਆਪਣੇ ਨਾਮ ਲੈ ਦਿਆ ਬਾਈ, ਆਪਸੇ ਮਿਲਣੇ ਆਊਂਗਾ ਮੈਂ ਜ਼ਰੂਰ। ਅਤੇ ਗੁਰਪ੍ਰੀਤ ਸਿੰਘ ਚੌਹਾਨ ਬਾਈ ਕਹਿੰਦਾ ਕੈਮ ਬਾਈ ਜੀ, ਮੈਂ ਮੇਰਾ ਬਰੋ ਵੀ ਮਾਡਲਿੰਗ ਕਰਦਾ, ਅੱਛਾ ਆ ਜਾਓ ਵੀਰੇ ਸਿਡਨੀ, ਸਿਡਨੀ ਵੀ ਆਉਣਾ ਵੀਰੇ ਬਹੁਤ ਛੇਤੀ। ਅਤੇ ਸਿਡਨੀ ਆਵਾਂਗੇ ਮੋਸਟ ਲਾਈਕਲੀ ਮਾਰਚ ਦੇ ਵਿੱਚ,
मार्च च मैं जेड़े भी महीने सिडनी की गल होंगी मैं 2 महीने अगे कह दिना कि मैं आऊँगा पर 2 महीने बाद होर कि फसे होंने तो पर मिस बहुत करता मैं सिडनी सरबजीत संधु कहते आई यू ड्राइविंग एंड गोइंग लाइव नहीं जी बिल्कुल ये गल सच नहीं है देखो सामने डैशबोर्ड है कोई स्टेयरिंग ड्राइविंग वाला एक बहुत झूठा लैके हटे आप सारे ही इस करके हूँ अभी हाँ नाल सीट पर बैठी द सुरक्षा पेटी बांध के ते... चलो यार जिन्हें ही मेरे भरा ने है ना जिन्हें भी लाइव हुए ने परमप्रीत भुल्लर वीरा कहता यू आर द बेस्ट डायरेक्टर इन द वर्ल्ड है जोंदे रहो थैंक यू दीप्ति अमर सिंह दीप्ति भाभी भी लाइव होगी सत श्रीकाल भाभी जी की हाल है अमर वीरे नूं बहुत सारा प्यार मनचंद्र भाई कहते किधर गेड़ी अपने यार मोंटी नूं फोन कर ली वो हाँ जी हाँ जी हाँ जी कल साढ़े मोंटी का भी एक्सीडेंट हो गया पर मोंटी का ठीक है हो गई जी मनचंद्र भाजी गल मेरी वो गड्डी दा नुकसान थोड़ा है ए जी गल्लां करी चलो है ना ये भुल ही जाओ कि 10-20 हज़ार बंदा देख रहा वो हो गई सी मेरी गल हाँ चौल चौल कर ले सी हाँ आलू आलू मंगा ले सी आपां अवराज भी लाइव हो गया की हाल है अवराज की कहंदे ने चौहान साहब मैं तुहाडा बहुत वड्डा फैन हाँ रब तुहानू हमेशा खुश रखे थैंक यू वीरे तैनूं भी परमात्मा खुश रखे वीरे स्नैपचैट ते गाह नहीं पाउंदे अज कल वो यार 2 दिन तो ना नैटवर्क बहुत वीक है असीं ट्रैवल कर रहे हां तां करके ते लव यू भाजी अज दिन वधिया ठीक है नवी चौहान भाई कहता मेरा नाम भी ले दो सर मैं अपना गाना लॉन्च करना चाहता हूँ कि उसके डायरेक्टर आओ आप ही बने थैंक यू अगर रब ने चाहा तो मैं ही बनूंगा ते अपना अमन ठाकुर वीरा कहता बेस्ट वीर जी बेस्ट एडिटर ऑफ द वर्ल्ड हो आप मैं वैसे एडिटर नहीं हैगा पर मैं समझ गया तू की कहना चाहता होएगा ते यशवालिया भाई ऑनलाइन हो गया गुरसेवक ढल्लों भाई बेस्ट डायरेक्टर एंड एक्टर परमीश वर्मा लव यू क्या बात है ते हैरी ब्राड किद्दां ब्राड सिडनी घूमदा सी कल परसों मैं तेरिया फोटो देख लिया वधिया वधिया ब्राड वधिया ला दें दाढ़ी रख के हुण तू एवें रही तेनू मैं कहिंदा सी ना वधिया ला दें तू ते साहिल आ वाला होर ब्राड है कॉल यू टनाइट नवे साल लई ओए जस्सी किहड़े नवे साल लई तू 27 तरीक नूं कॉल करेगा ओए नवे 31 तरीक नूं नवा साल चढ़दा पंक्श गिद्दे क्या बात है पंक्श तू कित्थे रहिंदा अजकल अज सारिआं दा नां लै रहिआ मैं देख लो मोहित कपूर कपूर सोनू सरारी इगनोर करता आपदे छोटे वीर नूं कित्थे सोनू नहीं कीता तैनूं इगनोर देख लै फड़ लिआ कमेंट निकलदा रूप कौर गुड लक सर जी थैंक यू जी हमराज सागर वीरा ते दीप माहीवाल ते चलो जी जिन्हें भी सज्जन मित्र साढ़े प्यार करने वाले है ब्राड हा 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 ब्राड मैं सच कही ना हाँ हाँ नहीं वधिया लाना दाड़ी च वधिया मेरा भुलेखा जिहा पाउना दूरों तू वैरी गुड है ब्राड ते जिन्हें भी चलो बंदे लाइव ने एक बार फिर तुहानू सारिआं नू ब्राड कहिंदा जी डायरेक्टर साहब चलो वैरी गुड शाबाश है ब्राड तेरे तों नाल मैं $100 लैणा ते जिन्ने भी भरा ने जिन्ने भी जाने ने मुल पुद्दा नूं इन्ना प्यार दिता प्लीज़ एक बार फिर तो सारे जाने गाना शेयर जरूर करो जी तो यूट्यूब थले कमेंट जरूर करो मेरे भरा तो पंक्स किते गाना शेयर करने वाले मेरा वे तो जिन्हें भी वीर ने है ना मुल पुद्दा नूं एक बार फिर तो इन्ना प्यार देने लई तुहाडा सारिआं दा बहुत बहुत धन्नवाद गाना मेरे ख्याल नाल 6.5 लाख भी हो गए 24 घंटे सो बहुत वड्डी अचीवमेंट हुंदी है जी ये तो कल नूं जॉर्डन संधू दा गाना आ रहा जी मुछ रखी आ वह भी काबल सरूप ने लिखिया तो नाल ही मेरा हथ मुछते गया वो म्यूजिक भी देसी क्रू ने किया तो वह गाना भी वाइट हिल तो आ रहा तो वह गाने की वीडियो मैं की है सो सारिया चीज़ा एक बार फिर तो तुम मुल पौधा एक बार फिर तो कर दौ हूँ शेयर बाकी जिन्हें भी सज्जन मित्र ने कीप लविंग कीप सपोर्टिंग जॉर्डन बेस्ट ऑफ लक कल के गाने लिए कोई ना कर दें हिसाब ब्राड टल जा चलो जी ओके प्रियंका स्वीटी जी कहते हाय परमीश जी बहुत ही सोहने लग रहे ओके थैंक यू मैडम ओके जी रुपिंदर गुरपिंदर सिंह गुरी कहता बोल पा बई ओ लै बोलता तेरा ना चलो जी टेक केयर ओके जी।